दोस्तों उम्मीद करता हूँ कि सब दोस्त पूरा ठीक होंगे कि अल्लाह पाक दे फजल करम नाल जनाब मैं भी ठीक हाँ। तो मैं रोमानिया पहुँच गया। हाँ देखो जी रोमानिया यूरोप है और नज़ारे ने अलहमदुल्ला मैनू तकरीबन 25-26 दिन हो गए ने पहुँचे नूं। तो पानी लैन जाण डिया पीण वास्ते ना मशीन लगी है, मशीन दे विच पैसे पाओ तो पानी कढ दिंदी है। तो मैं क्या छोटा जिहा ब्लॉग बना लईए नाल तुरदे तुरदे ਤੁਹਾਨੂੰ ਇਨਫੋਰਮੇਸ਼ਨ ਦੇ ਦਈਏ, ਥੋੜ੍ਹੀ ਜਿਹੀ ਗੱਲ ਸਾਂਝੀ ਕਰ ਲਈਏ ਤੁਹਾਡੇ ਨਾਲ। ਅਤੇ ਵਧੀਆ ਇੱਥੇ ਬਿਹਤਰੀਨ ਸਾਫ਼ ਸੁਥਰਾ ਮਾਹੌਲ ਹੈ ਅਲਹਮਦੁਲਿਲਾ। ਕੰਮ ਵੀ ਇੱਦਾਂ ਹੀ ਹੈ, ਹਰ ਸ਼ੈਅ ਫਸਟ ਕਲਾਸ ਹੈ ਅਤੇ ਅਕੋਮੋਡੇਸ਼ਨ ਵੀ ਅੱਛੀ ਹੈ। ਇਸ ਤੋਂ ਇਲਾਵਾ ਅਗਰ ਕਿਸੇ ਭਰਾ ਨੇ ਕਿਸੇ ਕਿਸਮ ਦਾ ਸਵਾਲ ਕਰਨਾ ਹੋਏ ਤਾਂ ਉਹ ਮੈਨੂੰ ਕਮੈਂਟ ਕਰ ਸਕਦਾ ਹੈ। ਇਨਸ਼ਾਅੱਲਾ ਅਗਰ ਇੱਕ ਕਮੈਂਟ ਵੀ ਹੋਇਆ ਤਾਂ ਉਹਦੇ ਵਾਸਤੇ ਵੀਡੀਓ ਬਣਾਈ ਜਾਏਗੀ, ਕਿਉਂਕਿ ਤੁਹਾਨੂੰ ਅਗਰ ਮੇਰੀ ਵਜ੍ਹਾ ਤੋਂ ਫਾਇਦਾ ਹੋ ਜਾਵੇ ਮੇਰੀ ਜਾਣ, ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਗੱਲ ਕੋਈ ਸਾਂਝੀ ਕਰ ਲਾਂ ਤਾਂ ਤੁਹਾਨੂੰ ਕੋਈ ਫਾਇਦਾ ਹੋ ਜਾਵੇ ਤਾਂ ਮੈਨੂੰ ਹੋਰ ਕੀ ਚਾਹੀਦਾ ਭਾਈ ਹੈ, ਕੀ ਖਿਆਲ ਹੈ? ਅਤੇ ਕਿਸੇ ਕਿਸਮ ਦੀ ਵੀ ਜਾਣਕਾਰੀ ਲੈਣੀ ਹੋਵੇ ਕਮੈਂਟ ਕਰੋ, ਇਨਸ਼ਾਅੱਲਾ ਜਿੱਥੇ ਤੱਕ ਹੋ ਸਕਿਆ ਮੈਂ ਤੁਹਾਨੂੰ ਜਾਣਕਾਰੀ ਦਾਂਗਾ ਉਹਦੇ ਵਾਸਤੇ। ਠੀਕ ਹੈ ਜੀ, ਆ ਬਾਹਰ ਆ ਇੱਥੇ ਅਤੇ ਉਹ ਨਾ ਕੋਈ ਤਕਰੀਬਨ 300 ਮਿੰਟ ਰਹਿ ਗਿਆ ਉੱਥੋਂ ਪਾਣੀ ਲਿਆਉਣਾ ਜਾ ਕੇ। ਠੀਕ ਹੈ ਜੀ, ਅਤੇ ਪਾਣੀ ਮੈਂ ਪਹਿਲੇ ਨਹੀਂ ਲੈਣ ਚੱਲਾ ਹੁਣ, ਪਹਿਲਾਂ ਅਸੀਂ ਪਾਣੀ ਪੀਂਦੇ ਹਾਂ ਇੱਥੋਂ ਦੂਸਰਾ, ਜਦੋਂ ਨਾ ਮੁੱਲ ਲੈ ਕੇ ਨਾ ਮਾਰਟ ਤੋਂ। ਅਤੇ ਆਹ ਪਾਣੀ ਜਿਹੜਾ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਇਹ ਨਾ ਠੀਕ ਹੁੰਦਾ ਹੈ, ਇਹ ਪਾਣੀ ਜ਼ਿਆਦਾ ਅੱਛਾ ਹੈ, ਮਿਨਰਲ ਵਾਟਰ ਹੈ, ਗੈਸ ਵਾਲਾ ਪਾਣੀ ਨਹੀਂ ਹੁੰਦਾ। ਤਾਂ ਮੈਂ ਕਿਹਾ ਚਲੋ ਅਸੀਂ ਟਰਾਈ ਕਰਦੇ ਹਾਂ, ਪੈਸੇ ਪਾ ਕੇ ਕੱਢੀ ਦਾ ਪਹਿਲੀ ਵਾਰੀ ਕੱਢਣਾ ਆ ਅਤੇ ਵੇਖੋ ਹੁਣ ਕਿੱਦਾਂ ਨਿਕਲਦਾ ਉਹ ਹੁੰਦੇ ਤੁਹਾਨੂੰ ਉਹ ਵੀ ਨਾਲ। ਠੀਕ ਹੈ ਜੀ, ਤੁਸੀਂ ਉਹਨੇ ਜਿਹੜੀ ਯੂਰਪ ਦੇ ਨਜ਼ਾਰੇ ਲੁੱਟੋ, ਆ ਸੜਕਾਂ ਸੁੜਕਾਂ ਵੇਖ ਕੇ, ਗੱਡੀਆਂ ਗੁੱਡੀਆਂ ਵੇਖ ਕੇ, ਹੋਰ ਤਾਂ ਸ਼ਾਇਦ ਕੋਈ ਲੱਭਣਗੇ ਤੁਹਾਨੂੰ ਇੱਥੇ। ਵਧੀਆ ਕੰਮ ਤੋਂ ਆਏ ਸੀ ਅਤੇ ਆ ਕੇ ਨਹਾ ਧੋ ਕੇ ਰੋਟੀ ਖਾ ਕੇ ਅਤੇ ਹੁਣ ਮੈਂ ਕਿਹਾ ਚਲੋ ਪਾਣੀ ਲੈ ਆਈਏ ਫਿਰ। ਉਹ ਸਾਹਮਣੇ ਮਸ਼ੀਨ ਲੱਗੀ ਹੈ, ਉਹ ਦੇਖੋ ਉੱਥੇ, ਇੱਥੇ ਪਾਕਿਸਤਾਨ ਵਾਲਾ ਅਤੇ ਇੰਡੀਆ ਵਾਲਾ ਹਿਸਾਬ ਨਹੀਂ ਨਾ ਹੈ ਵੀ ਸੜਕ ਕ੍ਰਾਸ ਕਰ ਲਓ ਜੀ, ਉਹ ਇਸ਼ਾਰਾ ਲੱਗਾ ਉੱਥੇ, ਦੁਹਰਾ ਇਸ਼ਾਰਾ ਆਏਗਾ ਉਦੋਂ ਤੁਰ ਕੇ ਜਾਵਾਂਗੇ, ਉਨੀ ਦੇਰ ਵੇਟ ਕਰਦੇ ਹਾਂ ਇੱਥੇ। ਆਹ ਨਿੱਕੀਆਂ ਨਿੱਕੀਆਂ ਗੱਡੀਆਂ ਤੁਰੀਆਂ ਜਾਣ ਡੀਆਂ ਚੱਕ, ਆਹ ਮਾਰਟ ਜੀ, ਆਹ ਪ੍ਰੂਫੀ ਹੈ, ਛੋਟਾ ਜਿਹਾ ਸੁਪਰ ਸਟੋਰ ਹੈ ਅਤੇ ਉਹ ਪਿੱਛੇ ਪੈਣੀ ਹੈ, ਅਸੀਂ ਜ਼ਿਆਦਾਤਰ ਉੱਥੋਂ ਸ਼ੋਪਿੰਗ ਕਰੀ ਦੀ ਹੈ। ਅੱਛਾ ਸਟੋਰ ਹੈ, ਨਾਲੇ ਨਾ ਚੀਜ਼ਾਂ ਸਹੀ ਲੱਭ ਜਾਂਦੀਆਂ ਨੇ ਉੱਥੋਂ। ਇਹ ਥੋੜ੍ਹਾ ਜਿਹਾ ਕੋਸਟਲੀ ਹੈਗਾ ਤੁਹਾਨੂੰ ਪਤਾ, ਫਿਰ ਬਾਹਰ ਆ ਕੇ ਤਾਂ ਮਹਿੰਗੀ ਸਸਤੀ ਤਾਂ ਵੇਖੀ ਦੀ ਸ਼ਾਇਦ। ਹਜੇ ਹਰਾ ਇਸ਼ਾਰਾ ਨਹੀਂ ਹੋਇਆ, ਹਰਾ ਆਏਗਾ ਤਾਂ ਫਿਰ ਤੁਰ ਕੇ ਜਾਵਾਂਗੇ ਉੱਧਰ, ਇੰਨੀ ਦੇਰ ਖੜੇ ਰਹਿਣਾ ਪੈਣਾ ਇੱਥੇ। ਹੋਰ ਸਭ ਵਧੀਆ ਬਾਈ, ਬਿਹਤਰੀਨ ਹੈ ਇੱਥੇ। ਅਤੇ ਕਿਸੇ ਕਿਸਮ ਬਾਰੇ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਕਮੈਂਟ ਕਰੋ, ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ। ਆਹ ਲਓ ਜੀ, ਪਰ ਆ ਹੋ ਗਿਆ, ਆਪਾਂ ਤੁਰ ਪਏ ਇੱਥੇ ਅਤੇ ਗੱਡੀਆਂ ਖਲੋ ਗਈਆਂ ਨੇ। ਬਸ ਥੋੜ੍ਹਾ ਜਿਹਾ ਟਾਈਮ ਨਹੀਂ ਸੀ ਲੱਗਦਾ ਜਿਹਦਾ ਕਰਕੇ ਵੀਡੀਓ ਨਹੀਂ ਸੀ ਬਣਦੀ, ਹੁਣ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵਾਸਤੇ ਵੀਡੀਓ ਬਣਾਈ ਜਾਵੇ। ਹੁਣ ਇੱਧਰੋਂ ਜਾਣਾ ਹੈ, ਇੱਧਰ ਫਿਰ ਇਸ਼ਾਰੇ ਦਾ ਇੰਤਜ਼ਾਰ ਕਰਨਾ ਜੀ। ਕੰਮ ਤੋਂ ਆ ਕੇ ਦਿਲ ਨਹੀਂ ਕਰਦਾ ਬੰਦੇ ਦਾ, ਟਾਈਮ ਤਾਂ ਹੁੰਦਾ ਹੈ ਲੇਕਿਨ ਦਿਲ ਜਿਹਾ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਜਾਂ ਕੋਈ ਕੰਮ ਕਰਨ ਨੂੰ। ਫਿਰ ਮੋਬਾਈਲ 'ਤੇ ਲੱਗ ਜਾਈਦਾ, ਕਰਦੇ ਆ ਨਾ ਗੱਲ ਕਰ ਲਈ, ਪਾਕਿਸਤਾਨ ਫੋਨ ਮਾਰਾ ਲਿਆ ਜਾਂ ਫਿਰ ਉਹ ਦੋਸਤਾਂ ਨਾਲ ਗੱਪਸ਼ੱਪ ਕਰ ਲਈ, ਇੱਥੇ ਕੋਈ ਨਿਜ਼ਾਮ ਚਲਾ ਲਿਆ। ਇਸ ਕਰਕੇ ਫਿਰ ਹੁਣ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵਾਸਤੇ ਟਾਈਮ ਕੱਢਿਆ ਜਾਏ ਅਤੇ ਪੂਰਾ ਤੁਹਾਨੂੰ ਟਾਈਮ ਦਾਂਗੇ ਜਨਾਬ। ਡੇਲੀ ਤਾਂ ਨਹੀਂ, ਤਾਂ ਦੂਸਰੇ ਤੀਸਰੇ ਦਿਨ ਨਾ ਆ ਲਓ, ਇਸ਼ਾਰਾ ਚੱਲ ਪਿਆ ਹੈ ਜੀ, ਦੂਜੇ ਤੀਜੇ ਦਿਨ ਤੁਹਾਡੇ ਵਾਸਤੇ ਵੀਡੀਓ ਜ਼ਰੂਰ ਬਣਾਵਾਂਗੇ, ਰੋਜ਼ ਦਾ ਵਾਅਦਾ ਨਹੀਂ ਕਰਦੇ। ਅਤੇ ਆਹ ਗੱਡੀ ਖੜ ਗਈ ਨਾ ਸਾਡੇ ਵਾਸਤੇ, ਵੇਖ ਲਓ ਪਾਕਿਸਤਾਨ 'ਚ ਕਦੇ ਗੱਡੀਆਂ ਖਲੋਤੀਆਂ ਇੱਦਾਂ।
ਆਹ ਦੁਕਾਨ ਹੈ ਜੀ ਇੱਥੇ, ਇੱਥੋਂ ਸਿੰਮ ਖਰੀਦੀ ਸੀ ਮੈਂ ਵੋਡਾਫੋਨ ਦੀ, ਨੈੱਟ ਮੇਰੇ ਕੋਲ ਨਹੀਂ ਚੱਲਿਆ, ਫਿਰ ਇਹਨਾਂ ਦੀ ਫਰੈਂਚਾਈਜ਼ ਲੱਭ ਕੇ ਫਿਰ ਉੱਥੇ ਜਾ ਕੇ ਉਹਦੇ ਨਾਲ ਸਿਰ ਖਪਾਇਆ, ਮੱਥਾ ਮਾਰਿਆ। ਅਸਲ ਤਾਂ ਇੰਗਲਿਸ਼ ਨਹੀਂ ਨਾ ਲੈਂਗੁਏਜ ਇਹਨਾਂ ਦੀ, ਰੁਮੇਨੀਅਨ ਦੀ, ਅਤੇ ਤਾਂ ਕਰਕੇ ਪਾਣੀ ਵਾਲੀ ਮਸ਼ੀਨ ਤਾਂ ਹੈਗੀ ਲੇਕਿਨ ਲੱਗਦਾ ਬੰਦ ਹੈ। ਠੀਕ ਹੈ ਜੀ, ਅਤੇ ਆਹ ਰੁਪਈਆ 50 ਪੈਸੇ ਇਹਦੇ ਵਿੱਚ ਪਾਵਾਂਗੇ ਇੱਥੋਂ ਦੀ। ਠੀਕ ਆ, ਆਹ ਪਾਣੀ ਆਉਣ ਲੱਗ ਪਿਆ, ਲਓ ਜੀ ਵਧੀਆ ਹੋ ਗਿਆ ਹੈ। ਪਾਣੀ ਆਉਣ ਲੱਗ ਪਿਆ ਜੇ, ਅਤੇ ਪਾਣੀ ਇਹਦਾ ਪੈਣਾ 2 ਲੀਟਰ। ਆਪਾਂ ਨੂੰ ਕਰਨਾ 4 ਲੀਟਰ ਪਾਣੀ। ਕਦੀ ਫਿਰ ਪਾਵਾਂਗੇ, ਫਿਰ ਪਾਣੀ ਆ ਗਿਆ, ਬੋਤਲ ਭਰ ਕੇ ਲੈ ਕੇ ਜਾਵਾਂਗਾ 1 ਰੁਪਈਏ ਦੇ ਵਿੱਚ। ਪਾਕਿਸਤਾਨ 'ਚ ਲੱਭਣਾ ਸੀ ਰੁਪਈਏ ਦਾ ਪਾਣੀ। ਭਰਤੀ ਦੇ ਬੋਤਲ ਉਹਨਾਂ ਨੇ ਇਹ ਜੀ ਮਿਨਰਲ ਵਾਟਰ, ਗੈਸ ਵਾਲਾ ਪਾਣੀ ਹੈ। ਪਾਣੀ ਲਿਆ ਭਰ, ਬੀਬੀ ਨੂੰ ਨਹੀਂ ਆਉਣ ਡਿਆ ਆਈ ਥਿੰਕ। ਓਕੇ, ਨਹੀਂ ਹੈਲਪ ਯੂ, ਓਕੇ। ਉਹਨੂੰ ਨਾ ਪਾਣੀ ਨਹੀਂ ਕੱਢਣਾ ਆਇਆ ਵਿੱਚੋਂ, ਅਤੇ ਸੀਪਾ ਤਾਂ ਪਾ ਲਿਆ ਅਤੇ ਪਾਣੀ ਨਹੀਂ ਨਿਕਲਿਆ, ਹੁਣ ਜ਼ਾਇਆ ਹੋ ਗਿਆ, ਹੁਣ ਨਵਾਂ ਸਿੱਕਾ ਪਾਏਗੀ ਅਤੇ ਫਿਰ ਪਾਣੀ ਨਿਕਲੇਗਾ। ਆਹ ਦੇਖੋ ਜੀ, ਅਸੀਂ 4 ਲੀਟਰ ਪਾਣੀ ਲੈ ਲਿਆ ਰੁਪਈਏ ਦੇ ਵਿੱਚ, ਹੈ ਜੀ। ਹੁਣ ਅਸੀਂ ਜਾਵਾਂਗੇ ਵਾਪਸ, ਆਹ ਇੰਡੀਕੇਟਰ ਖੁੱਲ੍ਹਾ, ਉੱਥੋਂ ਹੀ ਤੁਰ ਪੈਂਦੇ ਹਾਂ ਇਸ਼ਾਰਾ ਜਿਹੜਾ, ਅਤੇ ਹੋ ਗਿਆ ਰੈਡ। ਲਓ ਜੀ ਹੁਣ ਅੱਧ ਵਿੱਚ ਖਲੋਣਾ ਪਏਗਾ, ਉੱਥੇ ਜਿੰਨੀ ਦੇਰ ਤੱਕ ਉਹ ਗ੍ਰੀਨ ਨਹੀਂ ਹੁੰਦਾ, ਹਰਾ ਹਰੀ ਬੱਤੀ ਬਲੂਗੀ ਤਾਂ ਜਾਵਾਂਗੇ। ਵੇਖੋ ਹੁਣ ਕਿੰਨੀ ਦੇਰ ਤੱਕ ਬਲਦੀ ਹਰੀ ਬੱਤੀ। ਠੀਕ ਹੈ ਜੀ, ਮੈਂ ਇੱਥੇ ਹੈਗਾ ਤਿੰਨੀ ਛੋਰਾ ਸ਼ਹਿਰ, ਇਹਦਾ ਨਾ ਰੁਮਾਨੀਆ ਦਾ, ਬੁਖਾਰਾ ਸਿਟੀ ਤੋਂ 10 ਘੰਟੇ ਲੱਗਦੇ ਆ। ਟ੍ਰੇਨ 'ਤੇ ਆਏ ਸੀ ਅਸੀਂ, 10 ਘੰਟੇ ਲੱਗੇ ਸੀ, ਅਤੇ ਇੱਥੇ ਅਸੀਂ ਰਹਿੰਦੇ ਹਾਂ। ਤਿੰਨੀ ਛੋਰਾ ਸ਼ਹਿਰ ਹੈ ਇਹਨਾਂ ਦਾ, ਹੰਗਰੀ ਬਾਰਡਰ ਲੱਗਦਾ ਨਾਲ ਇਹਨੂੰ, ਨਾ ਰੁਮਾਨੀਆ ਦੇ ਬਾਰਡਰ ਨਾਲ ਲੱਗਦਾ ਹੰਗਰੀ ਬਾਰਡਰ। ਅਤੇ ਮੈਂ ਨਹੀਂ ਚਾਹੁੰਦਾ ਕਿ ਵੀਡੀਓ ਲੰਮੀ ਹੋ ਜਾਏ, ਤੁਸੀਂ ਵੀ ਤੰਗ ਹੋਵੋ, ਇਸ ਕਰਕੇ ਜਨਾਬ ਵੀਡੀਓ ਨੂੰ ਇੱਥੇ ਕਰਦੇ ਹਾਂ ਖਤਮ, ਅਤੇ ਦੇਖਦੇ ਰਹੋ 40 ਅਫੀਸ਼ਲ। ਇਨਸ਼ਾਅੱਲਾ ਤੁਹਾਡੇ ਲਈ ਚੰਗੀ ਚੰਗੀ ਵੀਡੀਓ ਬਣਾ ਕੇ ਲਿਆਵਾਂਗਾ, ਜਿੱਦਾਂ ਤੱਕ ਜਿੱਥੇ ਤੱਕ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਕਮੈਂਟ ਕਰੋ, ਤੁਹਾਨੂੰ ਬਣਾ ਕੇ ਦਾਂਗੇ। ਠੀਕ ਹੈ ਜੀ, ਇਨਫੋਰਮੇਸ਼ਨ ਵੀ ਦਾਂਗੇ ਤੁਹਾਨੂੰ, ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ। ਦੁਆਵਾਂ 'ਚ ਯਾਦ ਰੱਖਣਾ, ਫੀ ਅਮਾਨ ਅੱਲਾ।